देश के कई सूबों में इस समय कहर की गर्मी पै रही है। कई राज्यों में तापमान 47 तो 48 पार कर गया। इस दौरान भारत ने मौसम विभाग ने 24 तो 26 तक कई राज्यों में हीट अलर्ट भी जारी किया है। केरल की गल करिए इतने भारी मीह पैण की तबाही जी मची हुई है और घर के सड़कों पर पानी भर गया। जदों तक कि घट्टो घट 5 जिलों में भारी मीह पैण की चेतावनी भी जी जारी की गई। इस नाल ही मौसम विभाग ने 26 मई अरुणाचल प्रदेश असाम मेघालय भारी मीह पैण की संभावना जी दसी है। उड़ीसा बिहार पछमी बंगाल झारखंड दस दिए कि 29 मई तक गरज के नाल हल्की तो दरमियान बारिश की होने की संभावना जी पै सकती है। अगले 24 घंटिया दौरान केरल लक्षद्वीप अंडेमान निकोबार द्वीप समूह विच कुछ थावां ते हल्की तो दरमियान बारिश जिहड़ी ओह पै सकदी है। तेलंगाना कर्नाटक तमिलनाडु दक्षणी छत्तीसगढ़ दक्षणी कोंकण अते गोवा दे उत्तर पूर्वी भारत विच वी हल्की तो दरमियान जिहड़ी ओह बारिश हो सकदी है। उत्थे ही पछमी हिमालय पछमी बंगाल उड़ीसा विदर्भ ਅਤੇ ਮਰਾਠਵਾੜਾ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ। ਦੱਸਦੇ ਹਾਂ ਕਿ ਰਾਜਸਥਾਨ ਹਰਿਆਣਾ ਦਿੱਲੀ ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਵਿੱਚ ਹੀਟ ਵੇਵ ਦੇ ਹਾਲਾਤ ਅਜੇ ਵੀ ਬਣੇ ਹੋਏ ਨੇ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਮੱਧ ਪ੍ਰਦੇਸ਼ ਮਹਾਰਾਸ਼ਟਰ ਅਤੇ ਗੁਜਰਾਤ ਲਈ ਵੀ ਔਰੇਂਜ ਅਲਰਟ ਜਿਹੜਾ ਉਹ ਜਾਰੀ ਕਰ ਦਿੱਤਾ ਹੈ। ਦੱਸਦੇ ਹਾਂ ਕਿ IMD ਦੇ ਮੌਸਮ ਰਿਪੋਰਟ ਦੇ ਅਨੁਸਾਰ ਹਿਮਾਚਲ ਪ੍ਰਦੇਸ਼ ਗੁਜਰਾਤ ਅਤੇ ਮੱਧ ਪ੍ਰਦੇਸ਼ ਵਿੱਚ 26 ਮਈ ਤੱਕ ਹੀਟ ਵੇਵ ਦੀ ਜਿਹੜੀ ਸੰਭਾਵਨਾ ਉਹ ਬਣੀ ਰਹਿ ਸਕਦੀ ਹੈ। ਜਦੋਂ ਤੱਕ ਕਿ ਉੱਤਰ ਪ੍ਰਦੇਸ਼ ਵਿੱਚ 24 ਤੋਂ 26 ਮਈ ਤੱਕ ਗਰਮੀ ਦੀ ਲਹਿਰ ਰਹਿਣ ਦੀ ਸੰਭਾਵਨਾ ਹੈ। ਦੇਸ਼ ਦੇ ਕਈ ਸੂਬਿਆਂ ਵਿੱਚ ਇਸ ਸਮੇਂ ਕਹਿਰ ਦੀ ਗਰਮੀ ਪੈ ਰਹੀ ਹੈ। ਕਈ ਰਾਜਾਂ ਵਿੱਚ ਤਾਪਮਾਨ 47 ਤੋਂ 48 ਪਾਰ ਕਰ ਗਿਆ। ਇਸ ਦੌਰਾਨ ਭਾਰਤ ਨੇ ਮੌਸਮ ਵਿਭਾਗ ਨੇ 24 ਤੋਂ 26 ਤੱਕ ਕਈ ਰਾਜਾਂ ਵਿੱਚ ਹੀਟ ਅਲਰਟ ਵੀ ਜਾਰੀ ਕੀਤਾ ਹੈ। ਕੇਰਲ ਦੀ ਗੱਲ ਕਰੀਏ ਤਾਂ ਇੱਥੇ ਭਾਰੀ ਮੀਂਹ ਪੈਣ ਦੀ ਤਬਾਹੀ ਜਿਹੜੀ ਉਹ ਮੱਚੀ ਹੋਈ ਹੈ ਅਤੇ ਘਰਾਂ ਅਤੇ ਸੜਕਾਂ 'ਤੇ ਪਾਣੀ ਭਰ ਗਿਆ। ਜਦੋਂ ਤੱਕ ਕਿ ਘੱਟੋ ਘੱਟ 5 ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਪੈਣ ਦੀ ਚੇਤਾਵਨੀ ਵੀ ਜਿਹੜੀ ਉਹ ਜਾਰੀ ਕੀਤੀ ਗਈ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ 26 ਮਈ ਅਰੁਣਾਚਲ ਪ੍ਰਦੇਸ਼ ਅਸਾਮ ਅਤੇ ਮੇਘਾਲਿਆ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਿਹੜੀ ਉਹ ਦੱਸੀ ਹੈ। ਉੜੀਸਾ ਬਿਹਾਰ ਪੱਛਮੀ ਬੰਗਾਲ ਅਤੇ ਝਾਰਖੰਡ ਵਿੱਚ ਦੱਸ ਦਈਏ ਕਿ 29 ਮਈ ਤੱਕ ਗਰਜ ਦੇ ਨਾਲ ਹਲਕੀ ਤੋਂ ਦਰਮਿਆਨ ਬਾਰਿਸ਼ ਦੀ ਹੋਣ ਦੀ ਸੰਭਾਵਨਾ ਜਿਹੜੀ ਉਹ ਪੈ ਸਕਦੀ ਹੈ। ਅਗਲੇ 24 ਘੰਟਿਆਂ ਦੌਰਾਨ ਕੇਰਲ ਲਕਸ਼ਦੀਪ ਅਤੇ ਅੰਡੇਮਾਨ ਨਿਕੋਬਾਰ ਦੀ ਦੀਪ ਸਮੂਹ ਵਿੱਚ ਕੁਝ ਥਾਵਾਂ 'ਤੇ ਹਲਕੀ ਤੋਂ ਦਰਮਿਆਨ ਬਾਰਿਸ਼ ਜਿਹੜੀ ਉਹ ਪੈ ਸਕਦੀ ਹੈ। ਤੇਲੰਗਾਨਾ ਕਰਨਾਟਕ ਤਮਿਲਨਾਡੂ ਦੱਖਣੀ ਛੱਤੀਸਗੜ੍ਹ ਦੱਖਣੀ ਕੋਂਕਣ ਅਤੇ ਗੋਆ ਦੇ ਉੱਤਰ ਪੂਰਬੀ ਭਾਰਤ ਵਿੱਚ ਵੀ ਹਲਕੀ ਤੋਂ ਦਰਮਿਆਨ ਜਿਹੜੀ ਉਹ ਬਾਰਿਸ਼ ਹੋ ਸਕਦੀ ਹੈ। ਉੱਥੇ ਹੀ ਪੱਛਮੀ ਹਿਮਾਲਯ ਪੱਛਮੀ ਬੰਗਾਲ ਉੜੀਸਾ ਵਿਦਰਭ ਅਤੇ ਮਰਾਠਵਾੜਾ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ। ਦੱਸਦੇ ਹਾਂ ਕਿ ਰਾਜਸਥਾਨ ਹਰਿਆਣਾ ਦਿੱਲੀ ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਵਿੱਚ ਹੀਟ ਵੇਵ ਦੇ ਹਾਲਾਤ ਅਜੇ ਵੀ ਬਣੇ ਹੋਏ ਨੇ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਮੱਧ ਪ੍ਰਦੇਸ਼ ਮਹਾਰਾਸ਼ਟਰ ਅਤੇ ਗੁਜਰਾਤ ਲਈ ਵੀ ਔਰੇਂਜ ਅਲਰਟ ਜਿਹੜਾ ਉਹ ਜਾਰੀ ਕਰ ਦਿੱਤਾ ਹੈ। ਦੱਸਦੇ ਹਾਂ ਕਿ IMD ਦੇ ਮੌਸਮ ਰਿਪੋਰਟ ਦੇ ਅਨੁਸਾਰ ਹਿਮਾਚਲ ਪ੍ਰਦੇਸ਼ ਗੁਜਰਾਤ ਅਤੇ ਮੱਧ ਪ੍ਰਦੇਸ਼ ਵਿੱਚ 26 ਮਈ ਤੱਕ ਹੀਟ ਵੇਵ ਦੀ ਜਿਹੜੀ ਸੰਭਾਵਨਾ ਉਹ ਬਣੀ ਰਹਿ ਸਕਦੀ ਹੈ। ਜਦੋਂ ਤੱਕ ਕਿ ਉੱਤਰ ਪ੍ਰਦੇਸ਼ ਵਿੱਚ 24 ਤੋਂ 26 ਮਈ ਤੱਕ ਗਰਮੀ ਦੀ ਲਹਿਰ ਰਹਿਣ ਦੀ ਸੰਭਾਵਨਾ ਹੈ।